लोकसभा हलका पटियाला से आजाद उम्मीदवार के रूप में चुनाव लड़ने के लिए विनोद कुमार समाजसेवी बिल्कुल तैयार है। और एक विशेष वार्ता के दौरान उन्होंने अपने दिल की बातें भी लाइव इंडिया न्यूज 24 पर की साझी की। क्या कुछ खास रहा विशेष वार्ता में, आइए देखते हैं जतिंदर लक्की की खास खबर में। नमस्कार दोस्तों, जिस तरह की तुम्हें पता ही है कि इस टाइम जो है चुनावी माहौल बिल्कुल पखड़ा होया है और सारी पार्टियां दे जो कैंडिडेट्स हैं वो मैदान में उतरे हुए हैं और अपने अपने हिसाब नाल कांग्रेस दे जो हैं वो भी अपना प्रचार कर रहे हैं धर्मवीर गांधी, भाजपा तो जो महाराणी परनीत कौर जी हैं वो भी अपना प्रचार कर रहे हैं, आम आदमी पार्टी तो डॉक्टर बलबीर सिंह जो कि ऑलरेडी कैबिनेट मिनिस्टर हैं वो प्रचार कर रहे हैं और नाल नाल श्रोमणी अकाली दल तो शर्मा जी यानी कि एनके शर्मा वो भी अपना प्रचार बखूबी कर रहे हैं, पर किते ना किते जनता की सोच और देश की सेवा करने वास्ते कुछ लोग ऐदा दे हैं जेडे कि लोगों की सोच और देश की सेवा करने वास्ते हमेशा तत्पर रहते हैं और समाज की सेवा करते करते अपना जो नाम बना के नाल नाल वो पूरे अपने हलके की सेवा करना चाहते हैं। तो इस तरह ही कुछ जो आजाद उम्मीदवार हैं वो भी मैदान में उतरे हैं। अज असी गल करावांगे तुहाडी जो हलका लोक सभा सीट पटियाला तो आजाद उम्मीदवार समाज सेवी विनोद कुमार जी नाल गल करावांगे, ਉਹਨਾਂ ਕੋਲ ਪੁੱਛਾਂਗੇ ਕਿ ਕਿਸ ਮੰਤਵ ਨੂੰ ਲੈ ਕੇ ਜੋ ਆਜ਼ਾਦ ਉਮੀਦਵਾਰ ਵਜੋਂ ਜੋ ਹੈ ਉਹ ਚੁਣਾਵ ਮੈਦਾਨ ਵਿੱਚ ਉਤਰੇ ਨੇ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਸਰ, ਕਿਸ ਮੁੱਦਿਆਂ ਨੂੰ ਲੈ ਕੇ ਆਪਾਂ ਜੋ ਹੈ ਇਸ ਚੁਣਾਵੀ ਮੈਦਾਨ ਵਿੱਚ ਉਤਰੇ ਹਾਂ, ਸਮਾਜ ਸੇਵਾ ਕੀਤੀ ਹੈ, ਲੋਕਾਂ ਵਿੱਚ ਆਪਣਾ ਨਾਮ ਬਣਾਇਆ ਹੈ, ਅਤੇ ਹੁਣ ਰਾਜਨੀਤੀ ਵਿੱਚ ਆਉਣ ਦਾ ਕਿਸ ਤਰ੍ਹਾਂ ਮੂਡ ਬਣਿਆ? ਮੇਰਾ ਰਾਜਨੀਤਿਕ ਆਉਣ ਦਾ ਇਹੀ ਮੂਡ ਹੈ ਜੀ, ਇਸ ਕਰਕੇ ਮੈਂ ਆਉਣਾ ਚਾਹ ਰਿਹਾ ਇਹਦੇ ਵਿੱਚ, ਤਾਂ ਕਿ ਜਿਹੜੇ ਵੀ ਪਬਲਿਕ ਦੇ ਕੋਈ ਕੰਮ ਨੇ ਅੱਜ ਤੱਕ ਕੋਈ ਵੀ ਪਾਰਟੀ ਉਹਨੂੰ ਸਿਰੇ ਨਹੀਂ ਲਾ ਸਕੀ। ਜਿਸ ਤਰ੍ਹਾਂ ਕਿ ਨਸ਼ਾ ਸਾਡਾ ਕਹਿੰਦੇ, ਸਾਰੀ ਪਾਰਟੀਆਂ ਕਹਿੰਦੇ ਅਸੀਂ ਨਸ਼ਾ ਮੁਕਤ ਕਰਾਂਗੇ। ਨਸ਼ਾ ਮੁਕਤ ਨਹੀਂ ਹੋ ਰਿਹਾ, ਨਸ਼ਾ ਉਲਟਾ ਵੱਧ ਰਿਹਾ ਜੀ। ਨੌਜਵਾਨ ਸਾਡਾ ਨਸ਼ੇ ਵੱਲ ਜਾਂਦਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਇਸ ਦੀ ਬਹੁਤ ਹੀ ਜ਼ਿਆਦਾ ਚਲਨ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਵੀ ਮੈਂ ਆਪਣਾ ਮਨ ਬਣਾਇਆ ਕਿ ਕਿਉਂ ਨਾ ਕਿ ਮੈਂ ਜਾ ਕੇ ਆਪਣਾ ਪੋਲੀਟਿਕਸ ਚਾਹਵਾਂ ਔਰ ਇਹਦੇ ਵਿੱਚ ਆ ਕੇ ਮੈਂ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ, ਆਪਣਾ ਪੂਰਾ ਜ਼ੋਰ ਲਗਾਵਾਂਗਾ ਤਾਂ ਕਿ ਮੈਂ ਸਰਕਾਰਾਂ ਦੇ ਨਾਲ ਮਿਲ ਕੇ ਜਿਹੜੀ ਵੀ ਸਰਕਾਰ ਕੋਈ ਹੋਈ ਉਹਦੇ ਨਾਲ ਲੱਗ ਕੇ ਉਹਦੇ ਨਾਲ ਇਸ ਨੂੰ ਖਤਮ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਾਂਗਾ ਨਾਲ ਲੱਗ ਕੇ। ਔਰ ਨਸ਼ਾ ਮੁਕਤ ਦੇ ਵਾਸਤੇ ਤਾਂ ਹੀ ਹੋ ਸਕਦਾ, ਇੱਕ ਸਾਡੇ ਇੱਥੇ ਕੋਈ ਇੰਡਸਟਰੀ ਨਹੀਂ ਹੈ, ਕੁਛ ਨਹੀਂ ਹੈ। ਜ਼ਿਮੀਂਦਾਰ ਜਿਹੜਾ ਹੈਗਾ, ਜ਼ਿਮੀਂਦਾਰ ਫਸਲਾਂ ਦੇ ਟਾਈਮ 'ਤੇ ਫਸਲ ਬੀਜਦੇ ਨੇ, ਉਹਨਾਂ ਦੇ ਜਿਹੜੇ ਨੌਜਵਾਨ ਬੱਚੇ ਨੇ ਉਹ ਖੇਤੀਬਾੜੀ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਜੀ। ਖੇਤੀਬਾੜੀ ਵਾਲੀ ਇਸ ਕਰਕੇ ਨਹੀਂ ਜਾ ਰਹੇ ਕਿਉਂਕਿ ਖੇਤੀਬਾੜੀ ਤੋਂ ਬਾਅਦ ਉਹ ਵਿਚਾਰੇ ਵਿਹਲੇ ਹੁੰਦੇ ਆ, ਵਿਹਲੇ ਹੁੰਦੇ ਆ ਨਸ਼ੇਦਾਰ, ਵਿਹਲਾ ਮਨ ਨਸ਼ੇ ਬਦਲ ਇਹ ਲਾ ਲਓ ਕਿ ਤੁਸੀਂ ਸ਼ੈਤਾਨ ਦਾ ਘਰ ਹੁੰਦਾ, ਸ਼ੈਤਾਨ ਦਾ ਘਰ ਉਹ ਜਦੋਂ ਵਸਾਉਂਦਾ ਤਾਂ ਉਹ ਕੋਈ ਕੰਮ ਨਹੀਂ ਕਰਦਾ, ਉਹ ਤਾਂ ਨਸ਼ਿਆਂ ਵਾਲੀ ਭੱਜ ਦੌੜਦਾ। ਮੇਰਾ ਇਹੀ ਮੇਨ ਮਕਸਦ ਹੈ। ਇੱਕ ਨੰਬਰ ਦੋ, ਜ਼ਿਮੀਂਦਾਰਾਂ ਦੀ ਜਿਹੜੀ ਵੀ MSP ਹੈਗੀ ਹੈ ਜੀ, ਮੈਕਸੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਜੀ, ਉਹ ਨਹੀਂ ਗੌਰਮੈਂਟ ਦੇ ਰਹੀ, ਉਹ ਵੀ ਮਿਲਣੀ ਚਾਹੀਦੀ ਹੈ ਨਾ। ਮੇਰਾ ਇਹ ਵੀ ਮੇਨ ਮਕਸਦ ਹੈ, ਇਹ ਵੀ ਮੇਰਾ ਮੁੱਦਾ ਹੈਗਾ ਕਿ ਗੌਰਮੈਂਟ ਦੇ ਨਾਲ ਅਗਰ ਮੈਂ ਇਹਦੇ ਵਿੱਚ ਜਾਣਾ ਹੈ, ਉੱਥੇ ਜਾ ਕੇ ਆਪਣੇ ਸਵਾਲ ਜਵਾਬ ਰੱਖਾਂਗਾ। ਅੱਜ ਮੈਂ ਇਕੱਲਾ, ਕੱਲ੍ਹ 2 ਹੋਵਾਂਗੇ, ਕੱਲ੍ਹ 4 ਹੋਵਾਂਗੇ, ਪਰਸੋਂ 10 ਹੋਵਾਂਗੇ, ਇਸ ਤਰ੍ਹਾਂ ਹੀ ਮਿਲਦੇ ਮਿਲਦੇ। ਹਰ ਪਾਰਟੀ ਜਦੋਂ ਵੀ ਕੋਈ ਬਣਦੀ ਹੈਗੀ ਉਹ ਇਕੱਲੇ ਤੋਂ ਸ਼ੁਰੂ ਹੁੰਦੀ ਹੈ ਔਰ ਅੱਗੇ ਜਾ ਕੇ ਇੱਕ ਮੁਕਾਮ 'ਤੇ ਪਹੁੰਚ ਜਾਂਦੀ ਹੈ ਤਾਂ ਬੰਦੇ ਇਕੱਠੇ ਹੁੰਦੇ। ਸਰ, MSP ਦਾ ਜੋ ਮੁੱਦਾ ਤੁਸੀਂ ਕਹਿ ਰਹੇ ਹੋ, ਕਈ ਫਸਲਾਂ 'ਤੇ ਤਾਂ ਆਲਰੇਡੀ MSP ਹੈ ਲੇਕਿਨ ਕੁਛ 'ਤੇ ਨਹੀਂ ਹੈ,
ਤਾਂ ਇਸ ਬਾਰੇ ਕਿੱਦਾਂ ਤੁਸੀਂ ਬਾਈਫਰਕੇਟ ਕਰੋਗੇ ਵੀ ਉਹਨਾਂ ਤੇ ਵੀ ਆਉਣੀ ਚਾਹੀਦੀ? ਮੈਂ ਇਹੀ ਕਹਿਣਾ ਚਾਹੁੰਦਾ ਜਿਨ੍ਹਾਂ ਤੇ ਦਿੱਤੀ ਹੈ ਤੇ ਜ਼ਿਮੀਦਾਰ ਜਿਹੜਾ 12 ਦੇ ਮੰਗ ਰਿਹਾ ਜੀ, ਗਵਰਨਮੈਂਟ 6-7 ਦੇ ਜੀ 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 ਤੇ ਉਹ 12 ਦੇ ਵੀ ਦੇ ਦੇਵੇ ਜੀ, ਉਹ 'ਚ ਕੀ ਫਰਕ ਪੈ ਰਿਹਾ ਹੈਗਾ ਜੀ? ਜੇ ਆਪਾਂ 7 ਦੇ ਦਿੰਦੇ ਹਾਂ ਤਾਂ 12 ਦੇ ਵੀ ਦੇ ਦਈਏ ਉਹਨਾਂ ਨੂੰ ਜੀ। ਜ਼ਿਮੀਦਾਰ ਦਾ ਜਿਹੜਾ ਜਿਸ ਤਰੀਕੇ ਦਾ ਹੈਗਾ ਉਹਨਾਂ 'ਚ ਕਰੇਗਾ, ਜ਼ਿਮੀਦਾਰ ਫਸਲ ਬੀਜ ਰਿਹਾ, ਜਿਹੜਾ ਕੰਮ ਕਰ ਰਿਹਾ, ਅਸੀਂ ਕਹਿੰਦੇ ਹਾਂ ਵੀ ਜ਼ਿਮੀਦਾਰ ਕੰਮ ਕਰ ਰਿਹਾ, ਜ਼ਿਮੀਦਾਰ ਫਸਲਾਂ ਉਗਾਉਂਦਾ, ਜ਼ਿਮੀਦਾਰ ਕਰਦਾ, ਸਾਡਾ ਪੇਟ ਪਾਲਦਾ ਹੈਗਾ ਜੀ। ਜੇ ਉਹ ਸਾਡਾ ਪੇਟ ਪਾਲਣ ਵਾਲਾ ਬੰਦਾ ਹੀ ਭੁੱਖਾ ਹੈ ਜੀ, ਤਾਂ ਸਾਨੂੰ ਉਹਦੇ ਕੋਲ ਫਾਇਦਾ ਕੀ ਹੈਗਾ? ਜ਼ਿਮੀਦਾਰ ਨੂੰ ਚਾਹੀਦਾ ਉਹ ਵੀ ਆਪਣਾ ਗੌਰਮੈਂਟ ਨਾਲ ਗੱਲਬਾਤ ਕਰੇ, ਲੇਕਿਨ ਗੱਲਬਾਤ ਉਹ ਕਰਦਾ ਲੇਕਿਨ ਨਹੀਂ ਸਿਰੇ ਲੱਗਦੀ ਕੋਈ ਵੀ ਗੱਲ ਜੀ, ਤਾਂ ਮੈਂ ਤਾਂ ਚਾਹੁੰਦਾ ਵੀ ਹੋਵੇ ਕੋਈ ਗੱਲ। ਸਰ ਤੁਸੀਂ ਆਪਣਾ ਮੂਡ ਬਣਾਇਆ ਸੇਵਾ ਵਾਸਤੇ, ਆਪਣੇ ਦੇਸ਼ ਦੀ ਸੇਵਾ ਵਾਸਤੇ, ਆਪਣੇ ਹਲਕੇ ਦੀ ਸੇਵਾ ਵਾਸਤੇ, ਅਤੇ ਕੁਛ ਮੁੱਦਿਆਂ ਨੂੰ ਲੈ ਕੇ ਤੁਸੀਂ ਮੈਦਾਨ ਵਿੱਚ ਉਤਰੇ ਹੋ, ਪਰ ਤੁਹਾਡੇ ਸਾਹਮਣੇ ਜੋ ਐਡਾ ਵੱਡਾ ਚੈਲੰਜ ਹੈ, ਐਨ ਕੇ ਸ਼ਰਮਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੈ, ਮਹਾਰਾਣੀ ਪਰਨੀਤ ਕੌਰ ਜੋ ਕਿ ਭਾਜਪਾ ਦੇ ਉਮੀਦਵਾਰ ਹੈ, ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਤੋਂ ਹੈ, ਔਰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਤੋਂ ਹੈ, ਐਡੇ ਮਤਲਬ ਕੀ ਕਹਿ ਸਕਦੇ ਹਾਂ ਦਿਗਜ ਨੇਤਾ ਨਾਲ ਤੁਹਾਡਾ ਸਿੱਧਾ ਜੋ ਹੈ ਮੁਕਾਬਲਾ, ਕਿਸ ਤਰ੍ਹਾਂ ਟੱਕਰ ਦੇ ਸਕਦੇ ਹੋ, ਕਿੱਦਾਂ, ਕਿਸ ਸੋਚ ਨਾਲ ਤੁਸੀਂ ਕੀ ਸੋਚਦੇ ਹੋ ਇਹਨਾਂ ਬਾਰੇ? ਇਹ ਤਾਂ ਪਬਲਿਕ ਫੈਸਲਾ ਕਰੇਗੀ ਜੀ, ਪਬਲਿਕ ਨੇ ਫੈਸਲਾ ਕਰਨਾ ਕਿ ਜਿਹੜੇ ਇਹ ਜਿੰਨੇ ਵੀ ਲੀਡਰ ਪਹਿਲੇ ਰਹਿ ਚੁੱਕੇ ਨੇ, ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਇਹਨਾਂ ਨੂੰ ਭੱਜ ਦੌੜ ਨਹੀਂ ਕਰਨੀ ਪੈਂਦੀ ਸੀ ਜੀ, ਇਹ ਬੈਠੇ ਬਣਾਏ ਜਿੱਤ ਜਾਣਗੇ, ਇਹਨਾਂ ਲੋੜ ਕੀ ਹੈ? ਧਰਮਵੀਰ ਗਾਂਧੀ ਜਿਹੜੇ ਆਪਣੇ ਅੱਜ ਪਹਿਲੇ ਆਮ ਆਦਮੀ ਪਾਰਟੀ 'ਚ ਸੀਗੇ, ਅੱਜ ਆ ਗਏ ਕਾਂਗਰਸ ਦੇ ਵਿੱਚ, ਇਹਨਾਂ ਨੇ ਵੀ ਦਲ ਬਦਲਿਆ, ਦਲ ਬਦਲਣ ਤੋਂ ਬਾਅਦ ਅੱਜ ਤੱਕ ਗਾਂਧੀ ਸਾਹਿਬ ਦੀ ਮੈਂ ਤਾਂ ਸ਼ਕਲ ਹੀ ਨਹੀਂ ਦੇਖੀ ਜੀ, ਜਾਂ ਫੋਟੋ 'ਚ ਮੈਂ ਕਿਤੇ ਦੇਖ ਲਈ ਹੋਵੇ ਕਿਤੇ ਅਖਬਾਰ 'ਚ ਜਾਂ ਕਿਤੇ ਦੇਖਿਆ ਹੋਵੇ, ਮੈਂ ਤਾਂ ਨਹੀਂ ਦੇਖਿਆ ਕਿਤੇ ਜੀਰਕਪੁਰ ਆਏ ਹੋਣ ਜੀ। ਹੁਣ ਆਹ ਲਾਹੌਰ ਚਾਹੇ ਆਪਣੀ ਮਹਾਰਾਣੀ ਪਰਨੀਤ ਕੌਰ ਜੀ ਨੇ, ਚਾਹੇ ਕੋਈ ਵੀ ਨੇ, ਡਾਕਟਰ ਸਾਹਿਬ ਨੇ ਜਿਹੜੇ ਤਰਵੀਰ ਕੌਰ ਜੀ ਖੜ੍ਹੇ ਨੇ ਉੱਥੇ ਆਪਣੇ ਆਮ ਆਦਮੀ ਪਾਰਟੀ ਤੋਂ, ਆ ਹੁਣ ਘੁੰਮ ਰਹੇ ਨੇ ਸਾਰੇ, ਪਹਿਲੇ ਕਿੱਥੇ ਸੀਗੇ, ਪਹਿਲੇ ਕਿਉਂ ਨਹੀਂ ਆ ਜੀ? ਪਹਿਲੇ ਵੀ ਆਉਣਾ ਚਾਹੀਦਾ ਸੀ ਨਾ, ਜੇ ਸਾਡੇ ਹਲਕੇ ਦੇ ਅਗਰ ਪਹਿਲੇ ਤੋਂ ਇਹਦੇ ਕੀ ਮਿਹਨਤ ਕੀਤੀ ਹੁੰਦੀ, ਅਗਰ ਲੋਕਾਂ ਦੇ ਕੰਮ ਕੀਤੇ ਹੁੰਦੇ, ਲੋਕਾਂ ਦੀ ਗੱਲਾਂ ਬਾਤਾਂ ਸੁਣੀਆਂ ਨਹੀਂ, ਸਮਝੀ ਹੁੰਦੀ, ਦੁੱਖ ਤਕਲੀਫ ਨੂੰ ਉਹਨਾਂ ਨੂੰ ਸਾਂਝਾ ਕੀਤਾ ਹੁੰਦਾ, ਅੱਜ ਉਹਨਾਂ ਨੂੰ ਭੱਜ ਦੌੜ ਕਰਨ ਦੀ ਲੋੜ ਨਹੀਂ ਸੀਗੀ, ਘਰ ਬੈਠ ਕੇ ਕਰਦੇ, ਲੋਕ ਉਹਨਾਂ ਦੀ ਮਦਦ ਕਰਦੇ, ਅੱਜ ਵੀ ਕਰਦੇ, ਕਿਹੜੀ ਲੋਕ ਜਿਹੜੇ ਲੋਕਾਂ ਨੇ ਕੰਮ ਕੀਤੇ ਨੇ ਉਹ ਉਹਨਾਂ ਦੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਉਹਨਾਂ ਦਾ ਲੋਕ ਸਮਰਥਨ ਕਰਦੇ ਨੇ। ਇਹੀ ਮੈਂ ਇਸੀ ਕਰਕੇ ਖੜਾ ਹੋਇਆ ਕਿ ਮੈਂ ਤਾਂ ਸੇਵਾ ਕੀਤੀ ਹੈ ਔਰ ਸੇਵਾ ਕਰਾਂਗਾ ਜੀ, ਮੇਰਾ ਇਹੀ ਮੇਨ ਮਕਸਦ ਹੈ। ਔਰ ਨੰਬਰ ਦੋ, ਇੱਕ ਚੀਜ਼ ਹੋਰ ਵੀ ਹੈਗੀ ਹੈ, ਜਿਹੜੀ ਪੁਰਾਣੀ ਪੈਨਸ਼ਨ ਹੈ ਜੀ ਮੁਲਾਜ਼ਮਾਂ ਦੀ, ਇਹ ਵੀ ਬਹਾਲ ਹੋਣੀ ਚਾਹੀਦੀ ਹੈ ਜੀ, ਇਹ ਜ਼ਰੂਰੀ ਹੈਗੀ, ਕਿਉਂਕਿ ਮੁਲਾਜ਼ਮ ਨੇ ਜਿਹੜੇ ਆਪ ਨੌਕਰੀ ਕੀਤੀ 58 ਸਾਲ ਤੱਕ ਅਗਲਾ ਨੌਕਰੀ ਕਰਦਾ ਗਵਰਨਮੈਂਟ ਦੀ, ਉਸ ਤੋਂ ਬਾਅਦ ਵਿਚਾਰਾ ਵੇਲਾ ਨੂੰ ਇਹੀ ਉਮੀਦ ਹੁੰਦੀ ਹੈ ਕਿ ਮੈਨੂੰ ਪੈਨਸ਼ਨ ਮਿਲੇਗੀ, ਮੈਂ ਆਪਣੇ ਘਰ ਬੈਠ ਕੇ ਆਪਣਾ ਬੁਢਾਪਾ ਕੱਟਾਂਗਾ ਜੀ। ਗਵਰਨਮੈਂਟ ਨੇ ਉਹ ਬੰਦ ਕਰਤੀ ਜੀ, ਹੁਣ ਉਹਦੇ ਕੋਲ ਕੀ ਸਾਧਨ ਲੈ ਗਿਆ ਕਿਸ ਚੀਜ਼ ਦਾ? ਫਿਰ ਉਹ ਦੁਬਾਰਾ 58 ਸਾਲ ਤੋਂ ਬਾਅਦ ਦੁਬਾਰਾ ਕੋਈ ਨਾ ਕੋਈ ਨੌਕਰੀ ਕਰੇ, ਦੁਬਾਰਾ ਕੋਈ ਨਾ ਕੋਈ ਆਪਣੀ ਜੋਬ ਲੱਭੇ, ਜਾਂ ਦੁਬਾਰਾ ਕੋਈ ਇੱਧਰ ਦਾ ਕਿਤੇ ਕਿਤੇ ਧੱਕੇ ਖਾਵੇ ਦਰਦੇ ਉਹਦਾ 'ਤੇ। ਮਤਲਬ ਕਹਿਣ ਦਾ ਮਤਲਬ ਸਰ, ਮੁੱਦੇ ਬਹੁਤ ਸਾਰੇ ਹੈ, ਸਮਾਜ ਸੇਵਾ ਦੇ ਕੰਮ ਬਹੁਤ ਸਾਰੇ ਹੈ, ਔਰ ਇੱਕ ਐਡਾ ਵੱਡਾ ਚੈਲੰਜ ਵੀ ਤੁਹਾਡੇ ਸਾਹਮਣੇ ਹੈ, ਤਾਂ ਇਹ ਕਿਸ ਤਰ੍ਹਾਂ ਹੱਲ ਹੋਏਗਾ? ਦੇਖੋ ਜੀ, ਚੈਲੰਜ ਤਾਂ ਇਸ ਤਰ੍ਹਾਂ ਹੈਗਾ, ਚੈਲੰਜ ਤਾਂ ਜਿੰਨੇ ਵੀ ਜੋ ਹੈ ਮੁਕਾਬਲਾ, ਕਿਸ ਤਰ੍ਹਾਂ ਟੱਕਰ ਦੇ ਸਕਦੇ ਹੋ, ਕਿੱਦਾਂ, ਕਿਸ ਸੋਚ ਨਾਲ ਤੁਸੀਂ ਕੀ ਸੋਚਦੇ ਹੋ ਇਹਨਾਂ ਬਾਰੇ? ਇਹ ਤਾਂ ਪਬਲਿਕ ਫੈਸਲਾ ਕਰੇਗੀ ਜੀ, ਪਬਲਿਕ ਨੇ ਫੈਸਲਾ ਕਰਨਾ ਕਿ ਜਿਹੜੇ ਇਹ ਜਿੰਨੇ ਵੀ ਲੀਡਰ ਪਹਿਲੇ ਰਹਿ ਚੁੱਕੇ ਨੇ, ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਇਹਨਾਂ ਨੂੰ ਭੱਜ ਦੌੜ ਨਹੀਂ ਕਰਨੀ ਪੈਂਦੀ ਸੀ ਜੀ, ਇਹ ਬੈਠੇ ਬਣਾਏ ਜਿੱਤ ਜਾਣਗੇ, ਇਹਨਾਂ ਲੋੜ ਕੀ ਹੈ? ਧਰਮਵੀਰ ਗਾਂਧੀ ਜਿਹੜੇ ਆਪਣੇ ਅੱਜ ਪਹਿਲੇ ਆਮ ਆਦਮੀ ਪਾਰਟੀ 'ਚ ਸੀਗੇ, ਅੱਜ ਆ ਗਏ ਕਾਂਗਰਸ ਦੇ ਵਿੱਚ, ਇਹਨਾਂ ਨੇ ਵੀ ਦਲ ਬਦਲਿਆ, ਦਲ ਬਦਲਣ ਤੋਂ ਬਾਅਦ ਅੱਜ ਤੱਕ ਗਾਂਧੀ ਸਾਹਿਬ ਦੀ ਮੈਂ ਤਾਂ ਸ਼ਕਲ ਹੀ ਨਹੀਂ ਦੇਖੀ ਜੀ, ਜਾਂ ਫੋਟੋ 'ਚ ਮੈਂ ਕਿਤੇ ਦੇਖ ਲਈ ਹੋਵੇ ਕਿਤੇ ਅਖਬਾਰ 'ਚ ਜਾਂ ਕਿਤੇ ਦੇਖਿਆ ਹੋਵੇ, ਮੈਂ ਤਾਂ ਨਹੀਂ ਦੇਖਿਆ ਕਿਤੇ ਜੀਰਕਪੁਰ ਆਏ ਹੋਣ ਜੀ। ਹੁਣ ਆਹ ਲਾਹੌਰ ਚਾਹੇ ਆਪਣੀ ਮਹਾਰਾਣੀ ਪਰਨੀਤ ਕੌਰ ਜੀ ਨੇ,
ਚਾਹੇ ਕੋਈ ਵੀ ਨੇ, ਡਾਕਟਰ ਸਾਹਿਬ ਨੇ ਜਿਹੜੇ ਦਲਵੀਰ ਕੌਰ ਜੀ ਖੜ੍ਹੇ ਨੇ ਉੱਥੇ ਆਪਣੇ ਆਮ ਆਦਮੀ ਪਾਰਟੀ ਤੋਂ, ਆ ਹੁਣ ਘੁੰਮ ਰਹੇ ਨੇ ਸਾਰੇ, ਪਹਿਲੇ ਕਿੱਥੇ ਸੀ, ਪਹਿਲੇ ਕਿਉਂ ਨਹੀਂ ਆ, ਪਹਿਲੇ ਵੀ ਆਉਣਾ ਚਾਹੀਦਾ ਸੀ ਨਾ, ਜੇ ਸਾਡੇ ਹਲਕੇ ਦੇ ਅਗਰ ਪਹਿਲੇ ਤੋਂ ਇਹਦਾ ਮਿਹਨਤ ਕੀਤੀ ਹੁੰਦੀ, ਅਗਰ ਲੋਕਾਂ ਦੇ ਕੰਮ ਕੀਤੇ ਹੁੰਦੇ, ਲੋਕਾਂ ਦੀ ਗੱਲਾਂ ਬਾਤਾਂ ਸੁਣੀਆਂ ਨਹੀਂ, ਸਮਝੀ ਹੁੰਦੀ, ਦੁੱਖ ਤਕਲੀਫ ਨੂੰ ਉਹਨਾਂ ਨੂੰ ਸਾਂਝਾ ਕੀਤਾ ਹੁੰਦਾ, ਅੱਜ ਉਹਨਾਂ ਨੂੰ ਭੱਜ ਦੌੜ ਕਰਨ ਦੀ ਲੋੜ ਨਹੀਂ ਸੀ, ਘਰ ਬੈਠ ਕੇ ਕਰਦੇ, ਲੋਕ ਉਹਨਾਂ ਦੀ ਮਦਦ ਕਰਦੇ ਨੇ, ਅੱਜ ਵੀ ਕਰਦੇ, ਕਿਹੜੀ ਲੋਕ ਜਿਹੜੇ ਲੋਕਾਂ ਨੇ ਕੰਮ ਕੀਤੇ ਨੇ ਉਹ ਉਹਨਾਂ ਦੇ ਵੱਲ ਕਿਤੇ ਜਾਣ ਦੀ ਲੋੜ ਨਹੀਂ ਹੈ, ਉਹਨਾਂ ਦਾ ਲੋਕ ਸਮਰਥਨ ਕਰਦੇ ਨੇ। ਇਹੀ ਮੈਂ ਇਸੀ ਕਰਕੇ ਖੜਾ ਹੋਇਆ ਕਿ ਮੈਂ ਤਾਂ ਸੇਵਾ ਕੀਤੀ ਹੈ ਔਰ ਸੇਵਾ ਕਰਾਂਗਾ ਜੀ, ਮੇਰਾ ਇਹੀ ਮੇਨ ਮਕਸਦ ਹੈ। ਔਰ ਨੰਬਰ ਦੋ, ਇੱਕ ਚੀਜ਼ ਹੋਰ ਵੀ ਹੈਗੀ ਹੈ, ਜਿਹੜੀ ਪੁਰਾਣੀ ਪੈਨਸ਼ਨ ਹੈ ਜੀ ਮੁਲਾਜ਼ਮਾਂ ਦੀ, ਇਹ ਵੀ ਬਹਾਲ ਹੋਣੀ ਚਾਹੀਦੀ ਹੈ ਜੀ, ਇਹ ਜ਼ਰੂਰੀ ਹੈਗੀ, ਕਿਉਂਕਿ ਮੁਲਾਜ਼ਮ ਨੇ ਜਿਹੜੇ ਆਪ ਨੌਕਰੀ ਕੀਤੀ 58 ਸਾਲ ਤੱਕ ਅਗਲਾ ਨੌਕਰੀ ਕਰਦਾ ਗਵਰਨਮੈਂਟ ਦੀ, ਉਸ ਤੋਂ ਬਾਅਦ ਵਿਚਾਰਾ ਵੇਲਾ ਨੂੰ ਇਹੀ ਉਮੀਦ ਹੁੰਦੀ ਹੈ ਕਿ ਮੈਨੂੰ ਪੈਨਸ਼ਨ ਮਿਲੇਗੀ, ਮੈਂ ਆਪਣੇ ਘਰ ਬੈਠ ਕੇ ਆਪਣਾ ਬੁਢਾਪਾ ਕੱਟਾਂਗਾ ਜੀ। ਗੌਰਮੈਂਟ ਨੇ ਉਹ ਬੰਦ ਕਰਤੀ ਜੀ, ਹੁਣ ਉਹਦੇ ਕੋਲ ਕੀ ਸਾਧਨ ਲੈ ਗਿਆ ਕਿਸ ਚੀਜ਼ ਦਾ, ਫਿਰ ਉਹ ਦੁਬਾਰਾ 58 ਸਾਲ ਤੋਂ ਬਾਅਦ ਦੁਬਾਰਾ ਕੋਈ ਨਾ ਕੋਈ ਨੌਕਰੀ ਕਰੇ, ਦੁਬਾਰਾ ਕੋਈ ਨਾ ਕੋਈ ਆਪਣੀ ਜੋਬ ਲੱਭੇ, ਜਾਂ ਦੁਬਾਰਾ ਕੋਈ ਇੱਧਰ ਦਾ ਕਿਤੇ ਕਿਤੇ ਧੱਕੇ ਖਾਵੇ ਦਰਦੇ ਦਰਦੇ। ਮਤਲਬ ਕਹਿਣ ਦਾ ਮਤਲਬ ਸਰ, ਮੁੱਦੇ ਬਹੁਤ ਸਾਰੇ ਹੈ, ਸਮਾਜ ਸੇਵਾ ਦੇ ਕੰਮ ਬਹੁਤ ਸਾਰੇ ਹੈ, ਔਰ ਇੱਕ ਐਡਾ ਵੱਡਾ ਚੈਲੇਂਜ ਵੀ ਤੁਹਾਡੇ ਸਾਹਮਣੇ ਹੈ, ਤਾਂ ਇਹ ਕਿਸ ਤਰ੍ਹਾਂ ਹੱਲ ਹੋਏਗਾ? ਦੇਖੋ ਜੀ, ਚੈਲੇਂਜ ਤਾਂ ਇਸ ਤਰ੍ਹਾਂ ਹੈਗਾ, ਚੈਲੇਂਜ ਤਾਂ ਜਿੰਨੇ ਵੀ ਮੁੱਦੇ ਹੈ ਜੋ ਵੀ ਹੈਗੀ ਹੈ, ਦੁੱਖ ਤਕਲੀਫਾਂ ਇਨਸਾਨ 'ਤੇ ਜਾਂਦੀਆਂ ਜੀ, ਆਪਾਂ ਉਹਨੂੰ ਰਲ ਮਿਲ ਕੇ ਸਾਰਿਆਂ ਨੇ ਹੱਲ ਕਰਨਾ ਜੀ। ਜਦੋਂ ਮੈਂ ਨਿਕਲਾਂਗਾ, ਮੈਨੂੰ ਵੀ ਸਮਰਥਨ ਬਥੇਰਾ ਪਿੰਡਾਂ ਦੇ ਵਿੱਚੋਂ ਵੀ ਮਿਲ ਰਿਹਾ, ਮੈਨੂੰ ਹੋਰ ਵੀ ਲੋਕਾਂ ਦਾ ਮਿਲ ਰਿਹਾ ਹੈਗਾ, ਸਮਰਥਨ ਮਿਲ ਰਿਹਾ, ਜਿਹੜਾ ਮੇਰੇ ਇਸ ਚੀਜ਼ ਨੂੰ ਸਮਝ ਰਿਹਾ ਉਹ ਮੈਨੂੰ ਵੋਟ ਪਾਊਗਾ ਜੀ। ਲੇਕਿਨ ਮੈਨੂੰ ਇਹ ਉਮੀਦ ਪੂਰੀ ਹੈਗੀ ਕਿ ਮੈਂ ਸ਼ਾਇਦ ਇਸ ਸੀਟ ਨੂੰ ਐਤਕੀ ਕੱਢ ਕੇ ਲੈ ਕੇ ਜਾਊਂਗਾ, ਮੈਨੂੰ ਪੂਰੀ ਉਮੀਦ ਹੈ ਕਿ ਮੈਂ ਸੀਟ ਜਿੱਤਾਂਗਾ। ਸਰ, ਇੱਕ ਹੋਰ ਕੁਐਸਚਨ ਕਿ ਜੋ ਆਲਰੇਡੀ ਕਾਫੀ ਸਮੇਂ ਤੋਂ ਪਿਛਲੀ ਸਰਕਾਰਾਂ ਚੱਲ ਰਹੀਆਂ, ਮੌਜੂਦਾ ਸਰਕਾਰਾਂ ਚੱਲ ਰਹੀਆਂ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਮੌਜੂਦਾ ਸਰਕਾਰ ਬਾਰੇ ਔਰ ਪਿਛਲੇ ਸਰਕਾਰ ਦੇ ਕੀਤੇ ਹੋਏ ਕੰਮਾਂ ਬਾਰੇ ਕੀ ਕਹਿਣਾ? ਉਹੀ ਮੈਂ ਤਾਂ ਵਾਰ ਵਾਰ ਇਹੀ ਗੱਲ ਕਰ ਰਿਹਾ ਜੀ, ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਪਬਲਿਕ ਦਾ ਕੁਛ ਨਹੀਂ ਸੋਚਿਆ, ਹਰ ਆਪਣੇ ਹੀ ਸੋਚਦਾ, ਹਰੇਕ ਆਪਣੇ ਹੀ ਸੋਚਿਆ, ਜੇ ਕੀਤਾ ਵੀ ਹੈ, ਜੇ ਆਪਾਂ 10-20-50 ਮੁੱਦੇ ਹੁੰਦੇ ਆ ਉਹਨਾਂ ਵਿੱਚ ਇੱਕ ਦੋ ਸਾਰਟ ਆਊਟ ਕਰ ਦਿੰਦੇ ਹਾਂ, 48 ਮੁੱਦੇ ਇੱਦਾਂ ਹੀ ਖੜ੍ਹੇ ਨੇ ਜੀ, ਹਰ ਵਾਰੀ ਉਹੀ ਮੁੱਦੇ, ਵਾਰ ਵਾਰ ਇਹੀ ਮੁੱਦੇ ਉਹੀ ਹੁੰਦੇ ਆ ਜੀ, ਲੇਕਿਨ ਸਾਰਟ ਆਊਟ ਕੋਈ ਨਹੀਂ ਹੋਇਆ, ਜੇ ਸਾਰਟ ਆਊਟ ਹੋਇਆ ਹੋਵੇ ਤਾਂ ਅਗਰ ਉਸ ਗੱਲ ਦੇ ਉੱਤੇ ਉਤਰੇ ਹੋਈਏ, ਅਗਰ ਉਤਰੇ ਮੈਂ ਤਾਂ ਹੀ ਕਹਿੰਦਾ ਵਾਰ ਵਾਰ ਵੀ ਫਿਰ ਕਿਉਂ ਭੱਜਣ ਦੀ ਲੋੜ ਹੈ, ਫਿਰ ਆਪਾਂ ਨੂੰ ਕਿਉਂ ਦਰ ਦਰ 'ਤੇ ਜਾਣ ਦੀ ਲੋੜ ਹੈ ਕਿਸੇ ਕੋਲੋਂ ਵੋਟ ਮੰਗਣ ਜਾਣ ਦੀ ਜੀ, ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਹੈ, ਜੇ ਮੈਂ ਪਬਲਿਕ ਦਾ ਕੰਮ ਕੀਤਾ ਤਾਂ ਮੈਨੂੰ ਉਹ ਵੋਟ ਮੰਗਣ ਦੀ ਜ਼ਰੂਰਤ ਨਹੀਂ ਹੈਗੀ, ਪਬਲਿਕ ਨੂੰ ਪਤਾ ਹੋਣਾ ਚਾਹੀਦਾ ਮੈਂ ਜਾਵਾਂ ਤਾਂ ਪਬਲਿਕ ਮੰਨੇ ਮੇਰੀ ਇਸ ਗੱਲ ਨੂੰ ਕਿ ਹਾਂ ਜੀ ਮੇਰੀ ਇਹਨਾਂ ਦੇ ਮੇਰਾ ਕੰਮ ਕੀਤਾ, ਮੈਂ ਪਬਲਿਕ 'ਚ ਜਾ ਕੇ ਉਹਨਾਂ ਨੂੰ ਟਾਈਮ ਟੂ ਟਾਈਮ ਉਹਨਾਂ ਨੂੰ ਮਿਲਾਂ, ਜਾ ਕੇ ਜਦੋਂ ਮੇਰੇ ਕੋਲ ਟਾਈਮ ਮਿਲੇ ਮੈਂ ਆਪਣੇ ਹਲਕੇ ਦੇ ਵਿੱਚ ਜਾਵਾਂ, ਮੈਂ ਪਤਾ ਕਰਾਂ ਵੀ ਕੋਈ ਕਿਸੇ ਦੀ ਦੁੱਖ ਤਕਲੀਫ ਹੈ, ਉਹਨਾਂ ਨਾਲ ਜਾ ਕੇ ਸਾਂਝੀ ਕਰਾਂ ਆਪਣੀ ਗੱਲਬਾਤ, ਉਹ ਮੈਨੂੰ ਆਪਣੇ ਦੁੱਖ ਤਕਲੀਫ ਦੱਸਣਗੇ, ਫਿਰ ਮੈਂ ਉਹਨੂੰ ਸਾਰਟ ਆਊਟ ਕਰਾਂਗਾ, ਫਿਰ ਮੈਨੂੰ ਦੁਬਾਰਾ ਉਹਨਾਂ ਦੇ ਕੋਲ ਜਾ ਕੇ ਫਿਰ ਮੈਨੂੰ ਸਿਰਫ ਉਹਨਾਂ ਨੂੰ ਕਹਿਣ ਦੀ ਲੋੜ ਹੈ, ਫਿਰ ਉਹਨੂੰ ਮੈਨੂੰ ਵਾਰ ਵਾਰ ਉਹਦੇ ਕੋਲ ਜਾਣ ਦੀ ਲੋੜ ਨਹੀਂ, ਉਹਨੂੰ ਰੋਕਣ ਸਭ ਪਤਾ ਹੋਏਗਾ ਕਿ ਦੇਖੋ ਜੀ ਇਹਨਾਂ ਨੇ ਮੇਰਾ ਕੰਮ ਕੀਤਾ, ਅਸੀਂ ਵੋਟ ਇਹਨਾਂ ਨੂੰ ਪਾਉਣਾ। ਸਰ, ਇਸ ਟਾਈਮ ਜੋ ਦਲ ਮਤਮੀਆਂ ਦਾ ਦੌਰ ਚੱਲ ਰਿਹਾ, ਭਾਜਪਾ ਛੱਡ ਕੇ ਇੱਧਰ ਸ਼ਾਮਿਲ, ਕਾਂਗਰਸ ਛੱਡ ਕੇ ਦੂਜੇ ਦਲ ਵਿੱਚ ਸ਼ਾਮਿਲ, ਇੱਕ ਦਲ ਛੱਡ ਕੇ ਦੂਜੇ ਦਲ ਵਿੱਚ ਸ਼ਾਮਿਲ, ਇਸ ਚੀਜ਼ ਨੂੰ ਤੁਸੀਂ ਮਤਲਬ ਐਜ਼ ਏ ਪੋਲੀਟੀਕਲ ਕੈਰੀਅਰ, ਪੋਲੀਟੀਕਲ ਬੇਸ ਨਾਲ ਕਿਸ ਤਰ੍ਹਾਂ ਦੇਖਦੇ ਹੋ? ਇਹ ਤਾਂ ਇੱਕ ਜੀ ਹੁਣ ਅੱਜ ਕੱਲ੍ਹ ਲੋਕਾਂ ਨੇ ਧੰਦਾ ਹੀ ਬਣਾ ਲਿਆ ਵੀ ਇੱਧਰ ਵੋਟ ਨਹੀਂ ਮਿਲੀ, ਟਿਕਟ ਨਹੀਂ ਮਿਲੀ ਤਾਂ ਦੂਜੀ ਪਾਰਟੀ ਚਲੇ ਜਾਣੀ, ਅਗਰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤਾਂ ਬੀਜੇਪੀ 'ਚ ਜਾਣਾ, ਜੇ ਬੀਜੇਪੀ ਨੇ ਨਹੀਂ ਲਿੱਤਾ ਤਾਂ BSP 'ਚ ਚਲੇ ਜਾਣਾ, ਜੇ BSP ਦੇ ਨਹੀਂ ਰੱਖਿਆ ਤਾਂ ਦੂਜੀ, ਇਹਨਾਂ ਦਾ ਸਭ ਹੁਣ ਧੰਦਾ ਬਣ ਗਿਆ ਜੀ, ਇੱਕ ਜੀ ਇਹ ਹੁਣ ਕੋਈ ਵੀ ਪਬਲਿਕ ਦਾ ਕੰਮ ਨਹੀਂ ਕਰਨ ਵਾਲੇ, ਇਹ ਸਿਰਫ ਇੱਕ ਜਿੰਨਾ ਵੀ ਤੁਸੀਂ ਬੰਦੇ ਲੈ ਲਓ, ਇਹ ਸਾਰੇ ਦੇ ਸਾਰੇ ਸਿਰਫ ਇੱਕੋ ਹੀ ਕੰਮ ਚਾਹੁੰਦੇ ਨੇ, ਸਾਨੂੰ ਬਸ ਹੂਟਰ ਵਾਲੀ ਗੱਡੀ ਮਿਲ ਜਾਵੇ,
ਸਾਡੇ ਅੱਗੇ ਪਿੱਛੇ ਸਾਡੇ ਗੰਨਮੈਨ ਲੱਗੇ ਹੋਣ, ਬਸ ਇਹਨਾਂ ਨੂੰ ਸ਼ੌਂਕ ਹੈ, ਇਹ ਇਹਨਾਂ ਨੇ ਅੱਜ ਤੱਕ ਇਹੀ ਕੀਤਾ, ਇਹ ਹੁਣ ਇਹਨਾਂ ਤੋਂ ਛੁੱਟ ਨਹੀਂ ਰਿਹਾ, ਇਹ ਗੱਦੀ ਦੀ ਮੋਹ ਇਹਨਾਂ ਨੂੰ ਮਾਰੀ ਜਾਂਦਾ, ਇਹ ਗੱਦੀ ਦੇ ਮੋਹ ਦੇ ਵਿੱਚ ਲੱਗੇ ਹੋਏ ਨੇ ਵੀ ਜੇ ਉੱਧਰ ਦੀ ਮਿਲੀ ਟਿਕਟ ਤਾਂ ਦੂਜੀ 'ਚ ਜਾ ਵੜੋ, ਦੂਜੇ ਨੇ ਨਹੀਂ ਟਿਕਟ ਦਿੱਤੀ ਦੂਜੇ 'ਚ ਜਾ ਵੜੋ, ਲੇਕਿਨ ਇਹਦੇ 'ਚ ਹੈ ਕੁਛ ਨਹੀਂ, ਫਿਰ ਇਹ ਲੋਕ ਕੰਮ ਨਹੀਂ ਕਰਦੇ, ਫਿਰ ਇਹ ਇਹੀ ਚੱਕਰ ਦੇ ਵਿੱਚ ਰਹਿ ਜਾਂਦੇ ਨੇ। ਅਤੇ ਦਲ ਬਦਲਣ ਦਾ ਮਤਲਬ ਵੀ ਇਹੀ ਜਿਹੜਾ ਦਲ ਬਦਲ ਲਿਆ, ਇੱਧਰ ਤੋਂ ਉੱਧਰ ਚਲੇ ਗਿਆ, ਇੱਧਰ ਤੋਂ ਉੱਧਰ, ਹਾਂ ਅਗਰ ਕੋਈ ਆਜ਼ਾਦ ਕੈਂਡੀਡੇਟ ਹੈ ਉਸਨੇ ਕੰਮ ਕਰਨਾ ਚਾਹੀਦਾ, ਮੈਂ ਹੀ ਕਹਿੰਦਾ ਮੈਂ, ਔਰ ਕੱਲ੍ਹ ਨੂੰ ਮੈਨੂੰ ਮੇਰੇ ਕਿਸੇ ਤੋਂ ਕੰਮ ਲੈਣਾ ਹੈ ਤਾਂ ਮੈਂ ਲੈਣਾ ਤਾਂ ਕੰਮ ਸਰਕਾਰ ਤੋਂ ਹੀ ਹੈ, ਤਾਂ ਮੈਨੂੰ ਤਾਂ ਸਰਕਾਰ ਦੇ ਨਾਲ ਚੱਲਣਾ ਪੈਂਦਾ ਜੀ। ਸਰ ਜਿਸ ਤਰ੍ਹਾਂ ਤੁਸੀਂ ਦਾਅਵਾ ਠੋਕ ਰਹੇ ਹੋ ਜਿੱਤ ਗਏ ਤਾਂ ਕਿਹੜੀ ਪਾਰਟੀ ਨਾਲ ਜਾਣ ਦਾ ਵਿਚਾਰ? ਇਹਦੇ 'ਚ ਮੇਰੇ ਮੈਂ ਕਿਸੇ ਪਾਰਟੀ ਦਾ ਕੋਈ ਨਹੀਂ, ਮੈਂ ਕਿਸੇ ਵੀ ਪਾਰਟੀ ਨੂੰ ਵੀ ਇਹ ਨਹੀਂ ਕਹਿੰਦਾ ਵੀ ਮੈਂ ਇਸ ਪਾਰਟੀ ਦੇ ਨਾਲ ਜਾਣਾ ਜੀ, ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਵੀ ਪਾਰਟੀ ਜਿਹੜੀ ਹੈਗੀ ਹੈ, ਜਿਹੜੀ ਵੀ ਪਾਰਟੀ ਮੇਰਾ ਜਿਹੜੇ ਮੇਰੇ ਵਿਚਾਰ ਨੇ ਅਗਰ ਉਹਦੇ ਨਾਲ ਉਹ ਮੇਰੇ ਸਾਂਝਾ ਕਰਨਗੇ ਮੈਂ ਉਸ ਪਾਰਟੀ ਨੂੰ ਚਲੇ ਜਾਵਾਂਗਾ। ਇਕੱਲਾ ਤਾਂ ਮੈਨੂੰ ਕਿਧਰੇ ਨਾ ਕਿਧਰੇ ਤਾਂ ਜਾਣਾ ਪਏਗਾ ਨਾ ਜੀ, ਮੈਂ ਇਕੱਲਾ ਤਾਂ ਕੁਛ ਨਹੀਂ ਕਰ ਸਕਦਾ, ਮੈਨੂੰ ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਪਊਗਾ, ਕਿਸੇ ਨਾ ਕਿਸੇ ਦਾ ਸਾਥ ਲੈਣਾ ਪਊਗਾ, ਇਸ ਤਰ੍ਹਾਂ ਜਨਤਾ ਦਾ ਸਾਥ ਤੁਹਾਨੂੰ ਮਿਲ ਰਿਹਾ ਤਾਂ ਜਨਤਾ ਦੀ ਆਵਾਜ਼ ਪਹੁੰਚਾਉਣ ਵਾਸਤੇ ਸਰਕਾਰ ਦੇ ਨਾਲ। ਸਰ ਕੀ ਕਹਿਣਾ ਚਾਹੁੰਦੇ ਹੋ ਹਲਕਾ ਲੋਕ ਸਭਾ ਪਟਿਆਲਾ ਦੇ ਵਾਸਤੇ? ਮੈਂ ਤਾਂ ਲੋਕ ਸਭਾ ਆਪਣਾ ਪਟਿਆਲੇ ਵਾਸਤੇ ਇਹੀ ਕਹਿਣਾ ਚਾਹੁੰਦਾ, ਮੈਨੂੰ ਲੋਕ ਸਮਰਥਨ ਦੇਣ, ਵੱਧ ਤੋਂ ਵੱਧ ਸਮਰਥਨ ਦੇਣ, ਔਰ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਅਗਰ ਮੈਨੂੰ ਲੋਕ ਸਭਾ 'ਚ ਭੇਜਦੇ ਆ ਤਾਂ ਮੈਂ ਆਪਣੇ ਹਲਕੇ ਦਾ ਬਿਲਕੁਲ ਆਪਣੇ ਹਲਕੇ ਨੂੰ ਮੈਂ ਤਾਂ ਸਪਸ਼ਟ ਗੱਲ ਕਰਦਾ, ਸਾਫ਼ ਸੁਥਰੀ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਇਸ ਹਲਕੇ ਨੂੰ ਇੱਕਦਮ ਨਸ਼ਾ ਮੁਕਤ, ਜਿਹੜੇ ਜਿਹੜੇ ਮੈਂ ਵਾਅਦੇ ਕਰ ਰਿਹਾ ਇਹਨਾਂ ਦੇ ਨਾਲ ਉਹ ਸਾਰੇ ਵਾਅਦੇ ਖਰੇ ਉਤਰਾਂਗਾ, ਅਗਰ ਮੈਂ ਇਸ ਵਾਅਦੇ 'ਤੇ ਖਰਾ ਨਾ ਉਤਰਿਆ ਮੈਂ ਦੁਬਾਰਾ ਇਸ ਸੀਟ 'ਤੇ ਆਉਣ ਦਾ ਹੱਕਦਾਰ ਨਹੀਂ ਬਣਦਾ। ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਨ ਵਾਸਤੇ। ਇਹ ਸੀਗੇ ਹਲਕਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਸਤੇ ਤਿਆਰ ਸਮਾਜ ਸੇਵੀ ਵਿਨੋਦ ਕੁਮਾਰ ਜੀ, ਜਿਹਨਾਂ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਹਨਾਂ ਕੋਲੋਂ ਪੁੱਛਿਆ ਕਿ ਕਿਸ ਮੁੱਦਿਆਂ ਨੂੰ ਲੈ ਕੇ ਉਹ ਇਸ ਚੁਣਾਵੀ ਜੰਗ ਵਿੱਚ ਆਹਮਣੇ ਸਾਹਮਣੇ ਹੋ ਰਹੇ ਹੈ। ਕੈਮਰਾਮੈਨ ਗੁਰਦੀਪ ਦੇ ਨਾਲ ਜਤਿੰਦਰ ਲੱਖੀ ਦੀ ਖਾਸ। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म, 24 घंटे लाइव देखिए हमारे सोशल मीडिया पेजेस पर। खबरें जो आपको सीधे जोड़ती हैं हमसे, जिनका आपकी जिंदगी पर होता है सीधा असर, खबरों की वही तस्वीर, बिना बदले बिना डरे सच का जज्बा लिए सच दिखाते हैं हम। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म, 24 घंटे लाइव देखिए हमारे सोशल मीडिया पेजेस पर।